ਸਸਟੀਕਲ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ। ਹਾਂਜੀ ਕਿਵੇਂ ਹੋ ਸਾਰੇ? ਵਧੀਆ ਹੋ? ਕੀ ਕਰ ਰਹੇ ਹੋ? ਅੱਜ ਤਾਂ ਮੌਸਮ ਵੀ ਬੜਾ ਵਧੀਆ ਹੋ ਗਿਆ ਹੋਇਆ ਹੈ, ਬਾਰਿਸ਼ ਪੈ ਗਈ ਅੱਜ ਤਾਂ। ਹੋਰ ਕਿੱਥੇ ਕਿੱਥੇ ਬਾਰਿਸ਼ ਪਈ ਹੈ? ਸਾਡੇ ਤਾਂ ਲੁਧਿਆਣੇ ਅੱਜ ਬਹੁਤ ਬਾਰਿਸ਼ ਪਈ ਹੈ ਤੇ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਤੇ ਇਸ ਸੋਹਣੇ ਸੋਹਣੇ ਮੌਸਮ 'ਚ ਚਾਹ ਦੇ ਨਾਲ ਕੁਛ ਚਟਪਟਾ ਖਾਣ ਦਾ ਮਨ ਕਰ ਰਿਹਾ ਤੇ ਫਿਰ ਅੱਜ ਅਸੀਂ ਹੁਣ ਬਣਾਉਣ ਲੱਗੇ ਹਾਂ ਬ੍ਰੈਡ ਟੋਸਟ। ਤੁਹਾਨੂੰ ਅੱਜ ਬਣਾ ਕੇ ਵਿਖਾਉਂਦੇ ਹਾਂ ਅਸੀਂ। ਆਪਾਂ ਲਵਾਂਗੇ ਥੋੜ੍ਹੀ ਬ੍ਰੈਡ, ਲਵਾਂਗੇ ਵਾਈਟ ਬ੍ਰੈਡ ਜਾਂ ਬਰਾਊਨ ਬ੍ਰੈਡ, ਜਿਹੜੀ ਵੀ ਤੁਸੀਂ ਖਾਣਾ ਚਾਹੁੰਦੇ ਹੋ ਉਹ ਵਾਲੀ ਬ੍ਰੈਡ, ਪਲੱਸ ਆਲੂ ਆਪਾਂ ਲਵਾਂਗੇ। ਇਹਨਾਂ ਨੂੰ ਅਸੀਂ ਪਹਿਲਾਂ ਹੀ ਉਬਾਲ ਲਿਆ ਸੀ ਅਤੇ ਸਾਰਾ ਮਿਕਸ ਕਰ ਲਿਆ ਹੋਇਆ ਸੀ ਪਿਆਜ਼ ਵਗੈਰਾ ਪਾ ਕੇ, ਅਤੇ ਨਾਲ ਅਸੀਂ ਇਹਦੇ ਨਾਲ ਬਣਾਈ ਹੈ ਹਰੀ ਚਟਨੀ। ਇਹ ਇਹਦੇ 'ਚ ਅਸੀਂ ਧਨੀਆ ਪੁਦੀਨਾ ਔਰ ਹਰੀ ਮਿਰਚ ਦੀ ਚਟਨੀ ਇਹ ਬਣਾਈ ਹੈ, ਇਹਦੇ ਨਾਲ ਫਲੇਵਰ ਬਹੁਤ ਅੱਛਾ ਆਉਂਦਾ। ਅਤੇ ਹੁਣ ਅਸੀਂ ਇੱਕ ਪਾਸੇ ਲੈ ਲਿਆ ਹੋਇਆ ਬੇਸਨ, ਬੇਸਨ 'ਚ ਅਸੀਂ ਅਜਵੈਨ, ਨਮਕ, ਲਾਲ ਮਿਰਚ ਔਰ ਗਰਮ ਮਸਾਲਾ ਪਾ ਲਿਆ ਹੋਇਆ। ਹੁਣ ਅਸੀਂ ਬੇਸਨ ਨੂੰ ਲਵਾਂਗੇ, ਘੋਲ ਲਾਂਗੇ। ਉਨੀ ਦੇਰ ਅਸੀਂ ਕੜਾਈ ਰੱਖਤੀ ਹੋਈ ਹੈ ਅਤੇ ਉਹਦੇ 'ਚ ਅਸੀਂ ਤੇਲ ਪਾਤਾ ਹੋਇਆ ਅਤੇ ਤੇਲ ਹੁਣ ਗਰਮ ਹੋ ਰਿਹਾ। ਜਿੱਦਾਂ ਹੀ ਤੇਲ ਗਰਮ ਹੋ ਜਾਏਗਾ ਫਿਰ ਅਸੀਂ ਇਹਦੇ 'ਚ ਪਕੌੜੇ ਪਾਵਾਂਗੇ। ਚੰਨਾ ਆਪਾਂ ਲਵਾਂਗੇ ਬ੍ਰੈਡ, ਬ੍ਰੈਡ 'ਤੇ ਅਸੀਂ ਸਭ ਤੋਂ ਪਹਿਲਾਂ ਲਗਾਉਣੀ ਹੈ ਸੋਸ, ਅਤੇ ਅਸੀਂ ਹਰੀ ਸੋਸ ਲਗਾ ਲਾਂਗੇ ਜਿਹੜੀ ਆਪਾਂ ਆਪ ਹੀ ਘਰੇ ਹੀ ਬਣਾਈ ਹੈ, ਇਹ ਬਾਜ਼ਾਰੀ ਨਹੀਂ ਹੈਗੀ। ਪੁਦੀਨਾ ਵਗੈਰਾ ਪਾ ਕੇ ਫਿਰ ਇਹਦੇ 'ਤੇ ਅਸੀਂ ਲਗਾ ਦਾਂਗੇ ਆਲੂ। ਆਲੂ ਅਸੀਂ ਲਗਾ ਲਾਂਗੇ, ਇੱਦਾਂ ਹੀ ਆਪਾਂ ਦੂਸਰੀ ਬ੍ਰੈਡ 'ਤੇ ਥੋੜ੍ਹੀ ਜਿਹੀ ਇਹ ਚਟਨੀ ਲਗਾ ਦਾਂਗੇ ਔਰ ਇਹਨੂੰ ਕਰ ਦਾਂਗੇ ਲੋਕ। ਇੱਦਾਂ ਹੀ ਅਸੀਂ ਦੋ ਤਿੰਨ ਬ੍ਰੈਡ ਹੋਰ ਬਣਾ ਲੈਂਦੇ ਹਾਂ। ਲੋ ਫਰੈਂਡਸ, ਹੁਣ ਆਪਾਂ ਇਹ ਸਾਰੇ ਬ੍ਰੈਡ 'ਚ ਆਲੂ ਭਰ ਲਏ ਹੋਏ ਹੈ ਅਤੇ ਹੁਣ ਇਹਨਾਂ ਨੂੰ ਆਪਾਂ ਦੇਵਾਂਗੇ ਬ੍ਰੈਡ ਪਕੌੜੇ ਦੀ ਸ਼ੇਪ। ਇਹ ਦੇਖੋ, ਪਹਿਲਾਂ ਇਹਨੂੰ ਆਪਾਂ ਵਿੱਚੋਂ ਕੱਟ ਦਾਂਗੇ, ਇਹਨੂੰ ਕੱਟ ਕੇ ਅਤੇ ਇਹਦੇ ਫੋਰ ਪਾਰਟ ਕਰ ਲੈਣੇ ਆ ਔਰ ਇਹਦਾ ਹੀ ਟੋਸਟ ਸੀ ਇਹਨੂੰ ਦੇਤੀ ਹੋਈ ਹੈ, ਬ੍ਰੈਡ ਪਕੌੜੇ ਦੀ ਸ਼ੇਪ ਦੇਤੀ ਹੋਈ ਹੈ। ਇਹਨੂੰ ਫੋਰ ਪਾਰਟ 'ਚ ਤੁਸੀਂ ਕੱਟ ਲੈਣਾ। ਹੁਣ ਅਸੀਂ ਇਹਨੂੰ ਕਰਾਂਗੇ ਬੇਸਨ 'ਚ ਡਿਪ, ਜਾਂ ਤੁਸੀਂ ਸਮਝ ਲਓ ਬੇਸਨ 'ਚ ਇਹਨੂੰ ਨਵਾ ਦਾਂਗੇ ਚੰਗੀ ਤਰ੍ਹਾਂ ਲਾਂਗੇ ਤੇਲ 'ਚ। ਤੇਲ ਦਾ ਫਲੇਮ ਥੋੜ੍ਹਾ ਸਲੋ ਹੀ ਰੱਖਣਾ, ਅਗਰ ਜ਼ਿਆਦਾ ਤੇਜ਼ 'ਤੇ ਬਣਾਵਾਂਗੇ ਫਿਰ ਇਹ ਅੰਦਰੋਂ ਅੱਛੀ ਤਰ੍ਹਾਂ ਪੱਕਣਗੇ। ਹੁਣ ਆਪਾਂ ਪਕੌੜੇ ਪਾਤੇ ਤੇਲ 'ਚ, ਪਹਿਲਾਂ ਇੱਕ ਸਾਈਡ ਤੋਂ ਥੋੜ੍ਹੇ ਪੱਕ ਜਾਣ ਫਿਰ ਅਸੀਂ ਇਹਨਾਂ ਨੂੰ ਪਲਟਾਂਗੇ। ਲੋ ਗਾਇਜ਼ ਦੇਖੋ ਕਿੰਨਾ ਅੱਛਾ ਕਲਰ ਆ ਰਿਹਾ, ਬ੍ਰੈਡ ਪਕੌੜੇ ਬਣ ਕੇ ਹੋ ਗਏ ਆ ਤਿਆਰ ਅਤੇ ਖਾਣ ਲਈ ਹੋ ਰਹੇ ਆ ਰੈਡੀ। ਚਾਹ ਅਸੀਂ ਰੱਖੀ ਹੋਈ ਹੈ ਅਤੇ ਚਾਹ ਤਿਆਰ ਹੋ ਰਹੀ ਹੈ। ਹੁਣ ਅਗਲੀ ਵੀਡੀਓ ਦੇਖਣ ਲਈ, ਵਧੀਆ ਵਧੀਆ ਰੈਸਪੀ ਦੇਖਣ ਲਈ ਪਲੀਜ਼ ਮੇਰੇ